Limit aldık, tamam mı? Ben mundiya gal suni. ਜਦ ਤੱਕ ਚਾਹ ਪਾਣ ਨਹੀਂ ਦਿੱਤਾ ਬਣਾ ਦੇ ਪਰਾਂ ਚਾਹ ਯਾਰ ਮੈਂ ਜਾਣਾ ਸਿਖਾਤਾ ਮਾਂ ਨੇ ਕੀ ਪਰਤੇ ਕਰਨ ਕਾਹਦੇ ਸਾਰਾ ਪਤਾ ਮੈਨੂੰ ਬਣਾ ਲਓ ਚਾਹ ਆਪੇ ਜਦ ਮੈਂ ਕੁਛ ਲੱਗਦੀ ਨਹੀਂ ਤੁਹਾਡੀ ਕਰਨੀਆਂ ਤੁਸੀਂ ਮਨ ਮਰਜ਼ੀਆਂ ਚੁਗਲੀਆਂ ਤੇ ਚੁਗਲੀਆਂ ਚੈਨ ਤਾਂ ਮੈਨੂੰ ਲੈ ਦਿਓ ਗੱਲ ਸੁਣਿਓ ਹੈਂ ਗੱਲ ਸੁਣਿਓ ਮੈਂ ਇੱਥੇ ਤਰਬੂਜ ਰੱਖਿਆ ਸੀ ਮੈਂ ਫਰਿੱਜ 'ਚ ਰੱਖਤਾ ਮੈਂ ਤਾਂ ਕੱਟਣ ਨੂੰ ਬਾਹਰ ਰੱਖਿਆ ਤੂੰ ਫਰਿੱਜ ਕਦੋਂ ਰੱਖਿਆ ਅੱਛਾ ਹੁਣ ਆ ਗਏ ਨਾ ਸੁਣ ਕੇ ਜਨਾਨੀ ਦੀਆਂ ਲੱਗ ਗਿਆ ਮੇਰੇ ਤੇ ਡੈਕੋਰੇਸ਼ਨ ਕਰਨ ਮੈਂ ਸਾਰਾ ਕੁਝ ਜਾਣਦੀ ਹਾਂ ਤੁਸੀਂ ਕੀ ਕਰਦੇ ਹੋ ਮੈਨੂੰ ਪਾਗਲ ਬਣਾਉਂਦੇ ਹੋ ਜਿਵੇਂ ਖੜਾ ਜਿਵੇਂ ਪੰਦੀ ਤੇ ਸਲਵਾਰ ਦਾ ਬੂਝਾ ਖੜਾ ਹੁੰਦਾ ਨਾਜ਼ਾ ਹਾਂ ਜੀ ਹਾਂ ਇੱਕ ਮਿੰਟ ਮੜਾ ਜਾ ਮੰਮੀ ਇੱਕ ਮਿੰਟ ਆ ਮੜੀ ਗੱਲ ਸੁਣ ਆਉਨੇ ਹਾਂ ਜੀ ਜਦੋਂ ਕੱਲ ਤੂੰ ਰਸੋਈ 'ਚ ਸੀਗੀ ਮੰਮੀ ਨੇ ਮੈਨੂੰ ਆਵਾਜ਼ ਮਾਰੀ ਸੀਗੀ ਜਦੋਂ ਮੈਂ ਵਾਪਸ ਆਇਆ ਸੀ ਰਸੋਈ 'ਚ ਤੇ ਮੈਨੂੰ ਆ ਕਹਿੰਦੀ ਸੀ ਭਰਤੇ ਤੇਰੀ ਮਾਂ ਨੇ ਕੰਨ ਕਰੇ ਤੈਨੂੰ ਪਤਾ ਕੀ ਗੱਲ ਕੀ ਹੋਈ ਸੀ ਸਾਡੇ ਦੋਵਾਂ 'ਚ ਕੀ ਗੱਲ ਕੀਤੀ ਸੀ ਮੈਂ ਤੈਨੂੰ ਇਹ ਕਹਿੰਦੀ ਹਾਂ ਹਾਂ ਪਿੰਡ ਫੋਨ ਕਰ ਲਿਆ ਕਰ ਆਪਣੇ ਭੂਆ ਨੂੰ ਫੁੱਫੜ ਨੂੰ ਫੋਨ ਕਰ ਲਿਆ ਕਰ ਉਹ ਕਹਿੰਦੇ ਮੁੰਡਾ ਕਦੇ ਫੋਨ ਹੀ ਨਹੀਂ ਕਰਦਾ ਮੈਂ ਕਰਨ ਲੱਗਿਆ ਸੀ ਉਹ ਫੋਨ ਨਹੀਂ ਚੱਲਦਾ ਕਰਦਾ ਮੈਂ ਚੱਲ ਚੱਤ ਕਰਦਾ ਠੀਕ ਆ ਕਰ ਜ਼ਰੂਰ ਰਿਸ਼ਤੇਦਾਰ ਹੈ ਝਾਕ ਕਰਦੇ ਨੇ ਵੀ ਫੋਨ ਕਰੋ ਕਦੇ ਦਾਦੀ ਕਹਿੰਦੀ ਆ ਮੈਨੂੰ ਫੋਨ ਨਹੀਂ ਕੀਤਾ ਹੈਗਾ ਚੱਲ ਮੈਂ ਕਰਦਾ ਓਕੇ ਆਹ ਗੱਲ ਕੀਤੀ ਸੀ ਅਤੇ ਮੰਮੀ ਹੁਣ ਜਦੋਂ ਮੈਂ ਨਾਜ਼ ਨੇ ਆਵਾਜ਼ ਮਾਰੀ ਸੀ ਅਤੇ ਤੂੰ ਆ ਕੇ ਮੈਨੂੰ ਔਖੀ ਹੋ ਗਈ ਵੀ ਤੇਰੇ ਕੰਨ ਭਰਤੇ ਤੇਰੀ ਵੋਟ ਨੇ ਤੈਨੂੰ ਇਹ ਪਤਾ ਸੀ ਵੀ ਗੱਲ ਕੀ ਹੋਈ ਸਾਡੇ ਵਿੱਚ ਕ੍ਰਿਸਮਸ ਹੈ ਉਹਨਾਂ ਨੇ ਗਿਫਟ ਕੀ ਦੇਣੀ ਹੈ ਕੋਈ ਸੋਚਿਆ ਕਿੰਨਾ ਜਿਨ੍ਹਾਂ ਨੇ ਜਾਣਾ ਹੈ ਕੁਛ ਵੀ ਦੇ ਦੀ ਯਾਰ ਕਿੱਡੀ ਗੱਲ ਆ ਮੈਂ ਕੁਛ ਖਾ ਲਾਂ ਫਿਰ ਪੁੱਛ ਲਓ ਮੰਮੀ ਨੂੰ ਫੇਰ ਉਹ ਕਹਿੰਗੇ ਪਤਾ ਨਹੀਂ ਕੀ ਦੇ ਦਿੰਦੀ ਹੈ ਚੱਕ ਕੇ ਸਲਾਹ ਕਰ ਲਓ ਚੰਗਾ ਓਕੇ ਆਹ ਗੱਲ ਹੋਈ ਸੀ ਤੁਹਾਨੂੰ ਜਾਣੇ ਨੂੰ ਹਮੇਸ਼ਾ ਇਹੀ ਗੱਲ ਲੱਗਦਾ ਵੀ ਜੇ ਮੁੰਡਾ ਵੋਟੀ ਕੋਲ ਚਲਾ ਗਿਆ ਤਾਂ ਸਸਤੀਆਂ ਚੁਗਲੀਆਂ ਕਰਦਾ ਹੋਊਗਾ ਜਾਂ ਮੁੰਡਾ ਮਾਂ ਕੋਲ ਚਲਾ ਗਿਆ ਤਾਂ ਵੋਟੀ ਚੁਗਲੀਆਂ ਕਰਦਾ ਹੋਊਗਾ ਤੁਹਾਨੂੰ ਕੋਈ ਹੋਰ ਦੁਨੀਆਂ 'ਤੇ ਕੋਈ ਗੱਲ ਆਉਂਦੀ ਨਹੀਂ ਲਾਈਫ ਦੇ ਵਿੱਚ ਵੀ ਘਰ ਨੂੰ ਕਿਵੇਂ ਸੁਧਾਰਨਾ ਗੱਲਾਂ ਤੁਸੀਂ ਵੱਡੀਆਂ ਵੱਡੀਆਂ ਕਰਨੀਆਂ ਦੁਨੀਆਂ 'ਚ ਆਹ ਹੋ ਰਿਹਾ ਫਲਾਨਾ ਤੁਸੀਂ ਸਾਰਾ ਘਰ ਤਾਂ ਠੀਕ ਨਹੀਂ ਕਰ ਸਕਦੇ ਤਾਂ ਮਾੜੀਆਂ ਗੱਲਾਂ ਪਿੱਛੇ ਔਖੇ ਹੁੰਦੇ ਰਹਿੰਦੇ ਹੋ ਥੋੜ੍ਹਾ ਸੋਚ ਲਿਆ ਕਰੋ ਮਾੜਾ ਮੋਟਾ ਠੀਕ ਹੈ ਸਮਝ ਲਿਆ ਕਰੋ ਦਿਮਾਗ ਯੂਜ਼ ਕਰ ਲਿਆ ਕਰੋ ਹਰ ਗੱਲ ਐਂ ਨਾ ਸੋਚਿਆ ਕਰੋ ਵੀ ਤੁਹਾਡੇ ਖਿਲਾਫ ਹੀ ਹੁੰਦੀ ਹੈ ਬੰਦੇ ਨੇ ਹੋਰ ਵੀ ਗੱਲਾਂ ਕਰ ਲਈਆਂ ਮਾਂ ਕੋਲ ਚਲੇ ਜਾ ਮਾਂ ਕਹਿੰਦੀ ਵਾਈਫ ਸਿਖਾਉਂਦੀ ਆ ਵਾਈਫ ਕੋਲ ਚਲੇ ਜਾ ਉਹਨੂੰ ਲੱਗਦਾ ਮਾਂ ਸਿਖਾਉਂਦੀ ਆ ਫਿਰ ਤਾਂ ਲੱਗਦਾ ਮੈਂ ਹਜੇ ਤੱਕ ਸਟੂਡੈਂਟ ਹੀ ਹਾਂ ਇੱਥੇ